ਸੂਰਜ ਭਗਵਾਨ ਨੂੰ ਜਲ ਦਿੰਦੇ ਹਾਂ। ਸੂਰਜ ਨਮਾਮ ਅਸੀਂ ਫੁੱਲ ਲਗਾਏ ਹੋਏ ਨੇ ਬਹੁਤ ਵਧੀਆ ਤੇ ਆਹ ਕ੍ਰਿਸਮਸ ਟ੍ਰੀ ਵਾਂਗੂ ਬਣਿਆ ਪਿਆ। ਹਰ ਹਰ ਮਹਾਂਦੇਵ ਸ਼ਿਵਜੀ ਤੇ ਫੁੱਲ ਹਾਰ ਵਗੈਰਾ ਵੀ ਚੜਾਏ ਹੋਏ ਨੇ। ਧਤੂਰਾ ਦੀ ਮਹਾਰਾਜ ਜੀ ਗੈਸ ਮੰਦਰ ਜਾਏ ਤੇ ਚੱਲਦੇ ਹੁਣ ਸ਼ਾਪ ਓਪਨ ਕਰਦੇ ਆਪਾਂ। ਹਾਂਜੀ ਗੈਸ ਹੁਣ ਜਦ ਸ਼ਾਪ ਓਪਨ ਕੀਤੀ ਹੈ ਮੈਂ ਤੇ ਲਾਈਟਸ ਵਗੈਰਾ ਓਨ ਕਰਦੇ ਹਾਂ ਤੇ ਆਹ ਲਾਈਟਸ ਵੀ ਲਗਾ ਦਿੰਦਾ ਮੈਂ, ਪੀ ਸੀ ਵੀ ਓਨ ਕਰ ਲੈਂਦੇ। ਹਾਂਜੀ ਗੈਸ ਚਲੋ ਚੱਲਦੇ ਹਾਂ ਘਰੇ ਲੰਚ ਕਰਨ। ਹਾਂਜੀ ਗੈਸ ਦੁਪਹਿਰ ਦਾ ਲੰਚ ਕਰਨਾ ਅੱਜ, ਗੋਭੀ ਬਣੀ ਹੈ, ਦਹੀਂ ਪਿਆ, ਚਟਨੀ ਬਣਾਈ ਹੈ, ਤਾਜ਼ੀ ਸਲਾਦ ਪਿਆ ਲੱਸੀ ਵੀ। ਹਾਂਜੀ ਗੈਸ ਮੈਂ ਸ਼ੋਪ 'ਤੇ ਬੈਠਾ ਸੀ ਤੇ ਬਾਹਰੇ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ, ਤੁਹਾਨੂੰ ਦਿਖਾਉਂਦਾ ਬਾਰੇ ਮੈਂ। ਆਹ ਦੇਖੋ ਬਾਹਰੇ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ, ਪੂਰਾ ਜ਼ੋਰ ਦੀ ਪੈ ਰਿਹਾ ਮੀਂਹ। ਹਾਂਜੀ ਗੈਸ ਬਾਹਰੇ ਮੀਂਹ ਬਹੁਤ ਪੈ ਰਿਹਾ, ਹਾਲ ਤੱਕ ਕੱਟਿਆ ਨਹੀਂ ਤੇ ਆਪਾਂ ਬਾਹਰੇ ਚੱਲਦੇ ਹਾਂ ਤੇ ਬਾਹਰੇ ਦਿਖਾਉਣਾ ਹੁਣ ਹਨੇਰਾ ਹੋ ਗਿਆ ਕਾਫੀ। ਚਾਰ ਵਜੇ ਹੋਏ ਨੇ ਫਿਰ ਉਹਨੇ ਰਹੋ ਗਿਆ ਬਾਰੀ। ਮੈਂ ਆਧਾਰ ਸੁਪਰ ਮਾਰਕੀਟ ਆਇਆ ਸਮਾਨ ਲੈਣੀ ਕੁਛ। ਜੈ ਸ਼ੀਤਲਾ ਮਾਤਾ, ਮੰਦਰ ਬਹੁਤ ਸੋਹਣਾ ਲੱਗ ਰਿਹਾ ਤੇ ਹੁਣ ਮੈਂ ਮਾਰਕੀਟ ਜਾ ਰਿਹਾ, ਮੈਨੂੰ ਕੰਮ ਆ ਥੋੜ੍ਹਾ ਜਿਹਾ। ਇਹ ਆ ਸਾਡਾ ਨਾਭਾ ਬੱਸ ਸਟੈਂਡ ਅਮਲੋ। ਹਾਂਜੀ ਗਾਇਸ ਅੱਜ ਮੈਂ ਥੋੜ੍ਹੀ ਸ਼ੋਪਿੰਗ ਕਰਕੇ ਆਇਆ, ਲੈ ਕੇ ਆਇਆ ਕਾਫੀ ਮਤਲਬ ਮਲਟੀ ਉਹ ਨੇ ਖੁਸ਼ਬੂ ਵਾਲੇ ਨੇ ਅਗਰਬੱਤੀਆਂ, ਸ਼ੋਪ ਲਈ ਲੈ ਕੇ ਆਇਆ ਇੱਕ ਘਰ ਦੇ ਮੰਦਰ ਲਈ ਦੋ ਪੈਕਟ ਇਹ ਤੇ ਇੱਕ ਮੈਂ ਜੈਨਵੀ ਪਰਫਿਊਮ ਲੈ ਕੇ ਆਇਆ ਨੈਚੁਰਲ ਸਪਰੇਅ ਫੋਰ ਮੈਂ, ਲੌਂਗ ਲਾਸਟਿੰਗ ਆ ਸਾਰਾ ਦਿਨ ਰਹਿੰਦੀ ਹੈ, ਖੁਸ਼ਬੂ ਵਧੀਆ ਲੱਗਦਾ ਹੈ। ਸਬਜ਼ੀ ਗੋਭੀ ਦੇ ਨਾਲ ਫਿਰ ਮੈਂ ਦਿਖਾ ਦਿੰਦਾ, ਓਵਨ ਵਿੱਚ ਗਰਮ ਕਰਨੀ ਲਈ ਹੋਈ ਹੈ, ਹੋ ਗਈ ਗਰਮ ਹੈ ਅਤੇ ਕ੍ਰਿਸ਼ਨ ਭਗਵਾਨ ਜੀ ਨੂੰ ਭੋਗ ਵੀ ਲਗਾਉਣਾ ਆਪਾਂ। ਹਾਂਜੀ ਗਾਇਸ ਠਾਕੁਰ ਜੀ ਨੂੰ ਭੋਗ ਲਾਉਂਦੇ ਆਪਾਂ। ਆ ਗਈ ਆਪਣੀ ਪੂਰੀਆਂ, ਰੋਟੀ ਸਬਜ਼ੀ ਦਹੀਂ ਚਟਨੀ। ਜੈ ਕ੍ਰਿਸ਼ਨ ਭਗਵਾਨ ਜੀ।